ਸਤਿ ਸ਼੍ਰੀ ਅਕਾਲ ਜੀ ਕਿਸਾਨ ਵੀਰੋ, ਅੱਜ ਝੋਨੇ ਦੀ ਸਿੱਧੀ ਬਿਜਾਈ ਵਾਲੇ ਖੇਤ 'ਚ ਆਪਾਂ ਹਾਜ਼ਰ ਹਾਂ ਅਤੇ ਮੇਰੇ ਨਾਲ ਨੇ ਹੈਗਾ ਵਾਧੂ ਕਿਸਾਨ ਸਰਦਾਰ ਸੁਰਿੰਦਰ ਸਿੰਘ, ਪਿੰਡ ਸਰਬਰਪੁਰ ਬਲਾਕ ਸਮਰਾਲਾ। ਅਤੇ ਬਾਈ ਨੇ ਇਸ ਵਾਰ ਸਿੱਧੀ ਬਿਜਾਈ ਖੇਤੀਬਾੜੀ ਵਿਭਾਗ ਦੇ ਪ੍ਰੇਰਣਾ ਸਦਕਾ ਅਸੀਂ ਕਿਹਾ ਇਹਨਾਂ ਨੂੰ, ਅਤੇ ਇਹਨਾਂ ਨੇ ਸਾਡੀ ਗੱਲ ਮੰਨ ਕੇ ਇਹ ਪੂਰਾ ਏਕੜ ਲਾਇਆ ਵਾ। ਆਓ ਇਹਨਾਂ ਨਾਲ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ, ਆਪਾਂ ਜਿਹੜੀ ਇਹ ਸਿੱਧੀ ਬਿਜਾਈ ਕੀਤੀ ਆ, ਹੁਣ ਤੱਕ ਦਾ ਤੁਹਾਡਾ ਕਿਵੇਂ ਰਿਹਾ ਤਜਰਬਾ, ਖਰਚੇ ਕਿੰਨੇ ਕੁ ਘੱਟ ਗਏ? ਵੀਰ ਜੀ, ਖਰਚੇ ਦੀ ਤਾਂ ਚਲੋ ਵੱਧ ਦੀ ਗੱਲ ਹੈ, ਜਿਹੜੀ ਪਾਣੀ ਹੈ, ਅਸੀਂ ਇਹ 10 ਜੂਨ ਨੂੰ ਸਿੱਧੀ ਬਿਜਾਈ ਕੀਤੀ ਹੈ, 10 ਜੂਨ ਨੂੰ। ਹਾਂਜੀ, 26 ਵੈਰਾਈਟੀ ਆ ਜੀ। ਪਾਣੀ ਦੀ ਵੀ ਇਹਨੂੰ ਮੰਨ ਲਓ ਵੀ ਸਾਨੂੰ ਲੋੜ ਹੀ ਨਹੀਂ ਪਈ, ਮੀਂਹਾਂ ਨਾਲੇ ਪਲ ਗਈ ਜੀ ਇਹ। ਠੀਕ ਹੈ ਜੀ। ਕਿਤੇ ਮਨ ਆਇਆ 10-15 ਦਿਨ ਬਾਅਦ ਪਾਣੀ ਲਾਤਾ, ਨਹੀਂ ਮੀਂਹਾਂ ਨਾਲੇ ਪਲ ਗਈ ਜੀ। 10 ਜੂਨ ਦੀ ਬਿਜਾਈ ਆ, 2 ਯੂਰੀਆ ਦੇ ਥੈਲੇ ਪਾਏ ਨੇ ਅੱਜ ਤੱਕ। ਠੀਕ ਹੈ ਜੀ। ਠੀਕ ਹੈ ਜੀ, ਕੋਈ ਕੁਛ ਨਹੀਂ ਕੀਤਾ ਜੀ। 30 ਯੂਰੀਆ ਦਾ ਥੈਲਾ ਇਹ ਮੰਗਦੀ ਨਹੀਂ ਜੀ, ਮੇਰੇ ਲੱਕ ਤੋਂ ਉੱਪਰ ਹੈ ਜੀ। ਇਸ ਟਾਈਮ ਕੱਦ ਇਹਦਾ ਜੀ 3.5 ਫੁੱਟ ਹੈ ਇਸ ਟਾਈਮ। ਅੱਜ ਇਹ ਪੂਰੀ 2 ਮਹੀਨੇ ਦੀ ਹੋਈ ਹੈ ਜੀ ਹਲੇ ਵਰਾਇਟੀ, ਕੁਛ ਵੀ ਨਹੀਂ ਕੀਤਾ ਹਲੇ ਤੱਕ, ਇਹ ਉੱਦਾਂ ਹੀ ਹੈ ਜਿਵੇਂ ਲਾ ਲਓ ਜੀ ਕਣਕ ਬੀਜ ਕੇ ਛੱਡਤੀ। ਨਦੀਨਾਂ ਦੀ ਸਮੱਸਿਆ ਕਿੰਨੀ ਕੁ ਆਈ ਹੈ? ਨਦੀਨ ਤਾਂ ਜੀ ਮੰਨ ਲਓ ਜੀ ਮਿਣ ਕੇ ਗਿਣ ਕੇ ਬੂਝੇ ਪੱਟੇ ਨੇ ਜੀ ਸਾਰੀ 13-14 ਬੂਟੇ ਸੀਗੇ ਕੁੱਲ। ਠੀਕ ਹੈ ਜੀ। ਸਿੱਧੀ ਬਿਜਾਈ ਲਈ ਤੁਹਾਨੂੰ ਪ੍ਰੇਰਣਾ ਕਿੱਥੋਂ ਮਿਲੀ? ਮੈਨੂੰ ਦੇਖੋ ਜੀ, ADO ਸਾਹਿਬ ਸੰਦੀਪ ਸਾਹਿਬ ਨੇ ਮੈਨੂੰ ਪ੍ਰੈਸ਼ਰ ਪਾਇਆ ਬਈ ਤੁਸੀਂ ਸਿੱਧੀ ਬਿਜਾਈ ਬੀਜੋ, ਠੀਕ ਹੈ ਨੀ, ਅਤੇ ਮੈਂ ਉਹਨਾਂ ਦੇ ਕਹਿਣੇ 'ਤੇ ਇਹ ਸਿੱਧੀ ਬਿਜਾਈ ਬੀਜ ਲਈ ਜੀ। ਗਾਹਾਂ ਨੂੰ ਆਪਾਂ ਇਹਦੀ ਬਿਜਾਈ ਵੱਧ ਕਰਾਂਗੇ। ਠੀਕ ਹੈ ਜੀ। ਹਾਂਜੀ, ਅਤੇ ਪਿੰਡ 'ਚ ਹੋਰ ਕਿੰਨਾ ਕੁ ਕਿਸਾਨ ਖੇਤ ਦੇਖ ਕੇ ਕੀ ਕਹਿ ਰਹੇ ਆ ਜੀ? ਪਿੰਡ ਦੇ ਵਿੱਚ ਕਾਫੀ ਕਿਸਾਨ ਆਉਂਦੇ ਨੇ ਜੀ ਦੇਖਣ। ਹਾਂਜੀ, ਅਤੇ ਮੇਰੇ ਜਿੰਨੇ ਲਾ ਲਓ ਵੀ ਨਾਲ ਨੇ ਲਾਗ ਮੋਟਰਾਂ ਨੇ, ਕੋਈ ਕਹਿੰਦਾ ਮੈਂ ਕੀਲਾ ਬੀਜੂ, ਕੋਈ ਕਹਿੰਦਾ 2 ਬੀਜੂ, ਕੋਈ ਕਹਿੰਦਾ ਮੈਂ 4 ਬੀਜੂ, ਮੈਂ ਬੀਜੂ ਜ਼ਰੂਰ। ਠੀਕ ਹੈ ਜੀ। ਕਿਉਂਕਿ ਦੇਖੋ ਜਿਹਦੇ ਬਟਨਾ ਵੱਟ ਹੈ ਉਹ ਆਪਣੇ ਖੇਤ ਰੋਜ਼ ਆਉਂਦਾ, ਹਾਂਜੀ, ਇਹਨੂੰ ਰੋਜ਼ ਦੇਖਦਾ, ਹਾਂਜੀ, ਵੀ ਕੀ ਕਰਦੀ ਹੈ ਕੀ ਨਹੀਂ ਕਰਦੀ, ਉਹ ਇਹਨੂੰ ਦੇਖ ਕੇ ਆਪਣੇ ਆਪ ਉਹਨੇ ਮਨ ਬਣਾ ਲਿਆ, ਮੈਨੂੰ ਤਾਂ ਕਹਿਣ ਦੀ ਲੋੜ ਨਹੀਂ ਜੀ। ਠੀਕ ਹੈ, ਬਿਲਕੁਲ ਹੈ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ।